अगर आपने हमारे चैनल को सब्सक्राइब नहीं किया है तो इसे सब्सक्राइब कर लें। आज बठिंडा में काली माता के मंदिर को प्रशासन द्वारा ताला लगा दिया गया। आपको बता दें कि आईटीआई चौक पर काली माता का मंदिर बना हुआ था, जैसे प्रशासन की टीम द्वारा सिंबॉलिक रूप में सील कर दिया गया। जानकारी देते हुए तहसीलदार ने बताया कि इस मंदिर में 200 सोसाइटियां, जिनमें से एक द्वारा प्रशासन को कंप्लेंट की गई कि जो चंदा मंदिर में चढ़ाया जाता है उस चंदे को परिवार वालों की तरफ से मंदिर की भलाई के लिए नहीं इस्तेमाल किया जाता बल्कि खुद ही रखते हैं, जिसके चलते दोनों सोसाइटियों में तकरारबाजी चल रही थी। कारण तो नहीं पता ही, बस है ना पता अभी संदीप पाठक ना था कोई बंदा ही ते मतलब यही काम कर दो शुरू से ही ते कब्जे कुब्जे करने बस यही काम होते ते मतलब प्रधान हैगा वो किस अपने सभा सुबह से ही ते बस वही ला के ना सानू कोई नोटिस भेजे ने नहीं ते ना सानू कुछ पहला वार्निंग दी सीधा आके इन्होंने कल सानू दस्या भी थोड़ा अपने तहसीलदार साहब ने बुलाया सीगा ते वो कहिंदे भी थोनू मंदिर चो कढ़िया जाऊ कल 11-12 बजे तक ते बस ऐं आके सवेरे इन्हां ने सारे ताला ते हुण साडे परिवार दे अद्धे पता नहीं किधर ने अस इधर फिरदे हां रुलदे कोई किधर फिरदा कोई किधर फिरदा गा सारा दा हाँ जी ये मेरे दादे ने बनाया सीगा जी ते उस तों बाद फिर मेरे ताया जी ते मेरे डैडी उह करदे सेवा जी करदे ने दोनों ते फिर मेरे ताया जी दी वी डैथ हो गई सीगी ते ਤਾਂ ਫਿਰ ਉਹਨਾਂ ਨੇ ਫਿਰ ਮੇਰੇ ਚਾ ਤਾਇਆ ਜੀ ਦੇ ਮੁੰਡੇ ਨੇ ਅਤੇ ਮੇਰੇ ਡੈਡੀ ਨੇ ਸੰਭਾਲਿਆ ਮੰਦਰ ਜੀ ਅਤੇ ਉਹੀ ਸੇਵਾ ਕਰਦੇ ਨੇ ਇੱਥੇ ਸੀਲ ਕਰ ਚੁੱਕੇ ਹੋ? ਹਾਂਜੀ ਸੀਲ ਕਰ ਗਏ ਸਾਰਿਆਂ ਨੂੰ। ਨਾ ਸਾਨੂੰ ਕੋਈ ਦੱਸਿਆ ਨਹੀਂ ਗਈ। ਬਠਿੰਡਾ ਵਿਖੇ ਮਾਨਸਾ ਰੋਡ 'ਤੇ ਇੱਕ ਦੁਰਗਾ ਮੰਦਿਰ ਕਰਕੇ ਸੰਸਥਾ ਬਣੀ ਹੋਈ ਹੈ, ਜਿਹਨੂੰ ਕਿ ਉੱਥੇ ਦੇ ਪੁਜਾਰੀ ਵਿਸ਼ਵਨਾਥ ਅਤੇ ਪ੍ਰਮੋਦ ਕਰਕੇ ਦੋ ਚਲਾ ਰਹੇ ਸੀਗੇ। ਉਸੇ ਮੰਦਿਰ ਦੀ ਪਿਛਲੇ ਸਮੇਂ 'ਚ ਕੁਝ ਇੱਕ ਵੈਲਫੇਅਰ ਸੁਸਾਇਟੀ ਵੀ ਕਾਇਮੀ ਹੋਈ ਵੀ ਸੀ, ਇਹਨਾਂ ਦਾ ਆਪਸੀ ਤਕਰਾਰ ਸੀਗਾ। ਇਹਨਾਂ ਦੀ ਕੰਪਲੇਂਟ ਸੀ ਜਿਹੜੀ ਸੁਸਾਇਟੀ ਵੱਲੋਂ ਵੀ ਸਾਨੂੰ ਜਿਹੜੇ ਪੁਜਾਰੀ ਹੈ ਉਹ ਟੋਟਲ ਡੋਨੇਸ਼ਨਸ ਜਿਹੜੀਆਂ ਮੰਦਿਰ ਦੀਆਂ ਆਉਂਦੀਆਂ ਉਹਨੂੰ ਖੁਦ ਰੱਖ ਰਹੇ ਨੇ, ਮੰਦਿਰ ਦੀ ਭਲਾਈ ਵਾਸਤੇ ਨਹੀਂ ਲੱਗ ਰਿਹਾ। ਇਹ ਮਾਨਯੋਗ ਐਸਟੀਐਮ ਸਾਹਿਬ ਦੀ ਅਦਾਲਤ 'ਚ ਕੇਸ ਚੱਲਿਆ ਸੀਗਾ। ਮਾਨਯੋਗ ਐਸਟੀਐਮ ਸਾਹਿਬ ਵੱਲੋਂ ਇਹ ਮਹਿਸੂਸ ਕੀਤਾ ਗਿਆ ਸੀਗਾ ਵੀ ਜਿਹੜਾ ਮੰਦਿਰ ਇੱਕ ਧਾਰਮਿਕ ਸਥਾਨ ਹੈ ਜਿਹੜਾ ਕਿ ਸਾਰੇ ਤਮਾਮ ਲੋਕਾਂ ਦਾ ਸਾਂਝਾ ਹੈ, ਅਤੇ ਜੇ ਉਸ ਇਲਾਕੇ ਦੇ ਉਸ ਏਰੀਏ ਦੇ ਜਿਹੜੀ ਸੁਸਾਇਟੀ ਹੈ ਜਾਂ ਲੋਕ ਹੈ ਜਿਹੜੇ ਪ੍ਰਤੀਨਿਧੀ ਕੁਝ ਉੱਥੇ ਕੈਮੀ ਕਰਕੇ ਮੰਦਿਰ 'ਚ ਜਿਹੜੀ ਡੋਨੇਸ਼ਨਸ ਆਉਂਦੀਆਂ ਉਹ ਮੰਦਿਰ ਦੀ ਬਿਹਤਰੀ ਵਾਸਤੇ ਉਹਦਾ ਜੇ ਐਕਸਪੈਂਡੀਚਰ ਹੁੰਦਾ ਤਾਂ ਉਹ ਬਿਹਤਰ ਹੋਊਗਾ। ਸੋ ਮਾਨਯੋਗ ਐਸਟੀਐਮ ਸਾਹਿਬ ਦੇ ਫੈਸਲੇ ਦੇ ਤਾਬੇ ਏਡੀਸੀ ਸਾਹਿਬ ਬਠਿੰਡਾ ਵੱਲੋਂ ਇਹ ਹੁਕਮ ਕੀਤਾ ਗਿਆ, ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਫੋਰਸ ਮੁਹੱਈਆ ਕੀਤੀ ਗਈ। ਮੈਨੂੰ ਤਹਿਸੀਲਦਾਰ ਬਠਿੰਡਾ ਨੂੰ ਉੱਥੇ ਡਿਊਟੀ ਮੈਜਿਸਟਰੇਟ ਦੇ ਤੌਰ 'ਤੇ ਤੈਨਾਤ ਕੀਤਾ ਗਿਆ। ਅਸੀਂ ਉੱਥੇ ਮੌਕੇ 'ਤੇ ਜਿਹੜਾ ਕਬਜ਼ਾ ਜਿਹੜੀ ਮੰਦਿਰ ਵੈਲਫੇਅਰ ਕਮੇਟੀ ਹੈ ਉਹਦੇ ਹੱਕ 'ਚ ਦੇਣ ਗਏ ਸੀਗੇ, ਮਾਨਯੋਗ ਡੀਸੀ ਸਾਹਿਬ ਦੇ ਜਾਂ ਏਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ। ਉੱਥੇ ਅਸੀਂ ਪਹੁੰਚ ਕੇ ਇਹ ਦੇਖਿਆ ਕਿ ਮੰਦਿਰ ਨੂੰ ਚਾਰ ਸਵੇਰਿਓਂ ਓਬਵੀਅਸਲੀ ਹੋ ਸਕਦਾ ਪੁਜਾਰੀਆਂ ਨੇ ਲਾਇਆ ਹੋਊਗਾ, ਵੀ ਤਮਾਮ ਚਾਰੋਂ ਤਰਫ ਜਿਹੜੇ ਜਿੰਦਰੇ ਲਗਾ ਕੇ ਉਹਨੂੰ ਲੌਕ ਕੀਤਾ ਗਿਆ ਸੀਗਾ। ਇਹ ਕਿਉਂਕਿ ਹਰ ਇੱਕ ਬੰਦੇ ਦਾ ਹੱਕ ਹੈ ਵੀ ਉਹ ਕਿਸੇ ਅਸੀਂ ਉਹਨਾਂ ਨੂੰ ਸੁਨੇਹਾ ਭੇਜਿਆ ਮੌਕੇ 'ਤੇ ਉਹ ਹਾਜ਼ਰ ਨਹੀਂ ਆਏ, ਤਾਂ ਸਾਡੀ ਇਹ ਇੱਛਾ ਸੀਗੀ ਵੀ ਉਹਨਾਂ ਪਾਸ ਜੇ ਕੋਈ ਅਦਾਲਤੀ ਸਟੇਅ ਹੈ ਕਿਸੇ ਉੱਚ ਅਦਾਲਤ ਤੋਂ ਉਹ ਪੇਸ਼ ਕੀਤਾ ਗਿਆ ਵੀ ਪੇਸ਼ ਕੀਤਾ ਜਾਵੇ। ਸੋ ਅਸੀਂ ਇਹ ਬਿਹਤਰ ਸਮਝਿਆ ਮੰਦਿਰ ਨੂੰ ਬਾਹਰੋਂ ਮਾਨਯੋਗ ਡੀਸੀ ਸਾਹਿਬ ਦੇ ਏਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਇੱਕ ਵਾਰੀ ਅਸੀਂ ਆਰਜ਼ੀ ਤੌਰ 'ਤੇ ਸੀਲ ਕਰ ਦਿੱਤਾ ਗਿਆ। ਉੱਥੇ ਨੋਟਿਸ ਦੀ ਚਸਪਾਨਗੀ ਇਹ ਕਰਨ ਜਾ ਰਹੇ ਹਾਂ ਅਸੀਂ, ਜੇ ਉਹਨਾਂ ਦੇ ਖਿਲਾਫ ਉਹਨਾਂ ਦੇ ਪਾਸ ਕਿਸੇ ਵੀ ਅਦਾਲਤ ਦਾ ਕੋਈ ਸਟੇ ਆਰਡਰ ਹੈ ਤਾਂ ਉਹ ਅੱਜ ਦੀ ਡੇਟ 'ਚ ਇੱਥੇ ਹਾਜ਼ਰ ਆ ਕੇ ਤਹਿਸੀਲਦਾਰ ਅਦਾਲਤ ਆ ਕੇ ਪੇਸ਼ ਕਰਨ, ਨਹੀਂ ਤਾਂ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਜਿਹੜਾ ਮੰਦਿਰ ਦਾ ਜਿਹੜਾ ਕਬਜ਼ਾ ਹੈ ਸੁਸਾਇਟੀ ਦਾ ਉਹ ਸੁਸਾਇਟੀ ਨੂੰ ਦੇ ਦਿੱਤਾ ਜਾਵੇਗਾ। ਸੋ ਇੱਕ ਤਰ੍ਹਾਂ ਦੀ ਸਿੰਬੋਲਿਕ ਪੋਜੀਸ਼ਨ ਹੈ ਜਿਹੜੀ ਅਸੀਂ ਅੱਜ ਬਾਹਰੋਂ ਜਿੰਦਰਾ ਲਾ ਕੇ ਸੀਲ ਕਰਕੇ ਉਹ ਮੰਦਿਰ ਨੂੰ ਉਹ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਜੈ ਦੁਰਗਾ ਮੰਦਿਰ ਵੈਲਫੇਅਰ ਸੁਸਾਇਟੀ ਨੂੰ ਦਿੱਤਾ ਗਿਆ ਹੈ। अगर आपने हमारे चैनल को सब्सक्राइब नहीं किया है तो इसे सब्सक्राइब कर लें।